ਬਠਿੰਡਾ ਥਰਮਲ ਦੀ ਝੀਲ ਨੰਬਰ 2 ਵਿੱਚੋਂ ਇੱਕ ਛੋਟੀ ਜਿਹੀ ਲੜਕੀ ਅਤੇ ਇੱਕ ਔਰਤ ਦੀ ਲਾਸ਼ ਮਿਲੀ ਹੈ। ਲੜਕੀ ਦੀ ਉਮਰ 3-4 ਸਾਲ ਅਤੇ ਔਰਤ ਦੀ ਉਮਰ ਤਕਰੀਬਨ 30 ਸਾਲ ਲੱਗ ਰਹੀ ਹੈ। ਬੱਚੀ ਦੇ ਸਕਰਟ ਅਤੇ ਸ਼ਰਟ ਪਾਈ ਹੋਈ ਹੈ ਅਤੇ ਕੰਨਾਂ ਵਿੱਚ ਸੋਨੇ ਦੀਆਂ ਛੋਟੀਆਂ ਛੋਟੀਆਂ ਵਾਲੀਆਂ ਵੀ ਹਨ। ਇਸ ਮੌਕੇ 'ਤੇ ਪਤਾ ਲੱਗਦਾ ਹੀ ਨੌਜਵਾਨ ਕਲੱਬ ਦੀ ਟੀਮ ਨੇ ਪੁਲਿਸ ਦੀ ਮੌਜੂਦਗੀ ਵਿੱਚ ਇਹਨਾਂ ਲਾਸ਼ਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਮੁਰਤਾ ਘਰ ਵਿੱਚ ਸ਼ਨਾਖਤ ਲਈ ਰੱਖ ਦਿੱਤਾ। ਇਹ ਦੋਵੇਂ ਮਾਵਾਂ ਧੀਆਂ ਲੱਗ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇ ਇਹਨਾਂ ਨੇ ਆਤਮ ਹੱਤਿਆ ਕੀਤੀ ਤਾਂ ਇਹ ਰਾਤ ਦੀ ਘਟਨਾ ਹੋ ਸਕਦੀ, ਕਿਉਂਕਿ ਦਿਨ ਵੇਲੇ ਇੱਥੇ ਕਾਫੀ ਰਸ਼ ਹੁੰਦਾ ਹੈ। ਅਤੇ ਸਰ, ਸਾਨੂੰ 9 ਕੁ ਵਜੇ ਕਾਲ ਆਈ ਸੀਗੀ, ਇੱਕ ਬੱਚੀ ਦੀ ਲਾਸ਼ ਆਈ ਸੀ 2 ਨੰਬਰ ਝੀਲ ਬਠਿੰਡਾ 'ਚ ਜੀ। ਅਤੇ ਅਸੀਂ ਉੱਥੇ ਜਾ ਕੇ ਦੇਖਿਆ, ਬੱਚੀ ਦੀ ਉਮਰ ਸੀ 3-4 ਸਾਲ ਦੀ ਬੱਚੀ ਦੀ ਉਮਰ ਸੀ। ਅਸੀਂ ਉੱਥੋਂ ਡੈੱਡ ਬੋਡੀ ਨੂੰ ਲੈ ਕੇ ਥਰਮਲ ਥਾਣੇ ਨੂੰ ਫੋਨ ਕੀਤਾ ਜੀ, ਅਤੇ ਅਸੀਂ ਮੋਰਚਰੀ ਸਿਵਲ ਹੋਸਪਿਟਲ ਦੇ ਵਿੱਚ ਰੱਖਤੀ ਸੀ। ਸਾਨੂੰ ਉਦੋਂ ਬਾਅਦ 20 ਮਿੰਟਾਂ ਬਾਅਦ, ਅੱਧੇ ਘੰਟੇ ਬਾਅਦ ਫਿਰ ਕਾਲ ਆਈ ਕਿ ਇੱਕ ਲੇਡੀਜ਼ ਦੀ ਡੈੱਡ ਬੋਡੀ ਫਿਰ ਉਸੇ ਝੀਲ 'ਤੇ ਅਤੇ ਉਸੇ ਜਗ੍ਹਾ 'ਤੇ ਹੀ ਆਈ ਹੈ ਜੀ। ਅਸੀਂ ਸੋਚਿਆ ਕਿ ਉਸੇ ਜਗ੍ਹਾ 'ਤੇ ਮਾਵਾਂ ਧੀਆਂ ਦੀ ਹੋ ਸਕਦੀ ਹੈ। ਅਸੀਂ ਇੱਥੋਂ ਨਿਕਲੇ ਅਤੇ ਜਾ ਕੇ ਦੇਖਿਆ ਅਤੇ ਉੱਥੇ ਡੈੱਡ ਬੋਡੀ ਨੂੰ ਅਸੀਂ ਫਿਰ ਸਿਵਲ ਹੋਸਪਿਟਲ ਮੋਰਚਰੀ 'ਚ ਰੱਖ ਦਿੱਤਾ ਜੀ। ਪਤਾ ਲੱਗਿਆ ਕੋਈ ਆਰਡਰ? ਸਰ, ਹਾਲੇ ਤੱਕ ਕੋਈ ਉਹਨਾਂ ਕੋਲ ਕੁਛ ਮਿਲਿਆ ਨਹੀਂ ਜੀ, ਕੋਈ ਕਾਗਜ਼ ਪੱਤਰ, ਕੁਛ ਕੋਈ ਨਿਸ਼ਾਨੀ ਨਹੀਂ ਮਿਲੀ। ਅਤੇ ਬਾਕੀ ਪੁਲਿਸ ਨੂੰ ਜਾਂਚ ਕਰ ਦਿੱਤੀ ਹੈ, ਪੁਲਿਸ ਕਾਰਵਾਈ ਕਰ ਰਹੀ ਹੈ ਜੀ। ਇਹ ਜੀ, 2 ਡੈੱਡ ਬੋਡੀ ਮਿਲੇ, ਇੱਕ ਪਹਿਲਾਂ ਬੱਚੀ ਦੀ ਮਿਲੀ ਸੀਗੀ ਅਤੇ ਅੱਧੇ ਘੰਟੇ ਬਾਅਦ ਇੱਕ ਔਰਤ ਦੀ ਮਿਲੀ ਹੈ। ਦੇਖਣ ਤੋਂ ਇਹ ਜਾਪ ਰਿਹਾ ਵੀ ਦੋਨੇ ਮਾਵਾਂ ਧੀਆਂ ਲੱਗ ਰਹੀਆਂ ਨੇ, ਬਾਕੀ ਹਜੇ ਉਹਨਾਂ ਦੀ ਸ਼ਨਾਖਤ ਨਹੀਂ ਹੋਈ। ਅਤੇ ਉਹਨਾਂ ਦੀ ਡੈੱਡ ਹਾਊਸ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਮੁਰਚਰੀ 'ਚ ਰਖਾ ਤੀਆਂ, ਬਾਕੀ ਤਫਤੀਸ਼ ਜਾਰੀ ਹੈ, ਜੇ ਪਤਾ ਲੱਗਦਾ ਅਗਲੀ ਕਾਰਵਾਈ ਹੋਣੀ ਚਾਹੀਦੀ। ਦੇਖੋ, ਹਜੇ ਤੱਕ ਕੋਈ ਨਿਸ਼ਾਨ ਤਾਂ ਹੈ ਨਹੀਂ ਸਰੀਰ 'ਤੇ, ਬਾਕੀ ਪਤਾ ਲੱਗਿਆ ਅੱਗੇ ਜੋ ਵੀ ਇਨਵੈਸਟੀਗੇਸ਼ਨ 'ਚ ਆਇਆ ਤਾਂ। ਏਜ ਹੈ 30-35 ਸਾਲ ਦੀ ਲੇਡੀ ਹੈ ਅਤੇ 3-4 ਸਾਲ ਦੀ ਲੜਕੀ ਹੈ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।